हेलो एवरीवन, दिस इज मनदीप सिंह। आई एम टीचर इन गुरु हरगोबिंद पब्लिक हाई स्कूल फतेहगढ़। टुडे वी विल डिस्कस द चैप्टर नंबर 2, इज मैटर अराउंड अस प्योर, क्लास 9th, सब्जेक्ट साइंस। नाउ टुडे अवर टॉपिक इज सेपरेटिंग द कंपोनेंट्स ऑफ मिक्सचर। वी हैव लर्न दैट मोस्ट ऑफ नेचुरल सब्सटेंस आर नॉट केमिकली प्योर। डिफरेंट मैथड ऑफ सेपरेशन आर यूज टू गैट इंडिविजुअल कंपोनेंट फ्रॉम द मिक्सचर। ਆਪਾਂ ਕੀ ਆ ਵੱਖਰੇ ਵੱਖਰੇ ਤਰੀਕੇ ਯੂਜ ਕਰਦੇ ਹਾਂ ਮਿਕਸਚਰਸ ਨੂੰ ਕੀ ਹੈ ਵੱਖਰੇ ਕਰਨ ਦੇ। ਸੈਪਰੇਸ਼ਨ ਮੇਕ ਇਟ ਪੋਸੀਬਲ ਟੂ ਸਟੱਡੀ ਐਂਡ ਯੂਜਫੁਲ ਦਾ ਯੂਜ ਦਾ ਇੰਡੀਵਿਜੁਅਲ ਕੰਪੋਨੈਂਟਸ ਆਫ ਮਿਕਸਚਰ। ਹੈਟਰੋਜੀਨਸ ਮਿਕਸਚਰ ਕੈਨ ਬੀ ਸੈਪਰੇਟ ਇਨ ਟੂ ਦੇਅਰ ਰਿਸਪੈਕਟਿਵ ਕੰਸਟੀਟੂਟ ਬਾਈ ਦਾ ਸਿੰਪਲ ਫਿਜ਼ੀਕਲ ਮੈਥਡ ਲਾਈਕ ਹੈਂਡ ਪਿਕਿੰਗ, ਸੀਵਿੰਗ, ਫਿਲਟਰੇਸ਼ਨ। ਜਿਹੜੇ ਹੈਟਰੋਜੀਨਸ ਮਿਕਸਚਰ ਨੇ ਆਪਾਂ ਉਹਨਾਂ ਨੂੰ ਕਿਸ ਤਰ੍ਹਾਂ ਮਤਲਬ ਸੈਪਰੇਟ ਕਰ ਸਕਦੇ ਹਾਂ ਸਿੰਪਲ ਮੈਥਡ ਨਾਲ। ਕਿਹੜੇ ਕਿਹੜੇ ਸਿੰਪਲ ਮੈਥਡ ਨੇ ਜਿਵੇਂ ਸੀਵਿੰਗ ਹੈ, ਹੈਂਡ ਪਿਕਿੰਗ ਹੈ ਜਾਂ ਫਿਲਟਰੇਸ਼ਨ ਹੈ। In our, we use in our day-to-day life, sometimes special techniques have been used for the separation of the component of mixture. ਪਰ ਕੁਝ ਸਮੇਂ ਵੇਲੇ ਕੀ ਹੁੰਦਾ ਹੈ ਆਪਾਂ ਨੂੰ ਸਪੈਸ਼ਲ ਟੈਕਨੀਕਸ ਯੂਜ਼ ਕਰਨੀਆਂ ਪੈਂਦੀਆਂ ਨੇਗੀਆਂ ਮਿਕਸਚਰ ਨੂੰ ਸੈਪਰੇਟ ਕਰਨ ਲਈ, ਜੋ ਆਪਾਂ ਨੀਚੇ ਡਿਸਕਸ ਕਰਾਂਗੇ। ਫਸਟ ਹੈ, ਹਾਊ ਕੈਨ ਬੀ ਓਬਟੇਨਡ ਕਲਰਡ ਕੰਪੋਨੈਂਟ ਫਰੋਮ ਬਲੂ ਬਲੈਕ ਇੰਕ। ਆਪਾਂ ਕਲਰਡ ਕੰਪੋਨੈਂਟ ਓਬਟੇਨ ਕਰਨਾ ਕਿੱਥੋਂ, ਬਲੂ ਬਲੈਕ ਇੰਕ ਤੋਂ ਕਿਸ ਤਰ੍ਹਾਂ ਕਰਾਂਗੇ। ਐਕਟੀਵਿਟੀ ਕੀ ਹੈ, ਫਿਲ ਏ ਹਾਫ ਬੀਕਰ ਵਿਦ ਵਾਟਰ। ਇੱਕ ਬੀਕਰ ਲਓ, ਵਿੱਚ ਕੀ ਉਹਨੂੰ ਅੱਧਾ ਪਾਣੀ ਨਾਲ ਭਰ ਲਓ। ਪੁੱਟ ਏ ਵਾਚ ਗਲਾਸ ਔਨ ਦਾ ਮਾਊਥ ਆਫ ਬੀਕਰ, ਪੁੱਟ ਫਿਊ ਡਰੋਪ ਆਫ ਇੰਕ ਔਨ ਦਾ ਵਾਚ ਗਲਾਸ। ਜੋ ਵਾਚ ਗਲਾਸ ਆਪਾਂ ਰੱਖੀ ਉਹਦੇ ਉੱਪਰ, ਉਹਦੇ ਉੱਪਰ ਕੀ ਹੈ ਕੁਛ ਕੁ ਡਰੋਪ ਆਊਗਾ ਇੰਕ ਦੀਆਂ ਸ਼ਾਹੀ ਦੀਆਂ। ਨਾਓ ਸਟਾਰਟ ਹੀਟਿੰਗ ਦਾ ਬੀਕਰ, ਵੀ ਡੂ ਨੋਟ ਵਾਂਟ ਟੂ ਹੀਟ ਦਾ ਇੰਕ ਡਾਇਰੈਕਟਲੀ। ਆਪਾਂ ਨੂੰ ਕੀ ਇੰਕ ਨੂੰ ਡਾਇਰੈਕਟਲੀ ਹੀਟ ਨਹੀਂ ਕਰ ਸਕਦੇ, ਅਤੇ ਬੀਕਰ ਨੂੰ ਨੀਚੋ ਕੀ ਜਿਹਦੇ ਵਿੱਚ ਪਾਣੀ ਪਾਇਆ ਆਪਾਂ ਨੂੰ ਹੀਟ ਕਰਨਾ ਸ਼ੁਰੂ ਕਰ ਦਿਓ। ਕੰਟੀਨਿਊ ਹੀਟਿੰਗ ਦਾ ਵੈਪੋਰੇਸ਼ਨ ਗੋਜ਼ ਔਨ ਸਟੋਪ ਹੀਟਿੰਗ ਵੈਨ ਯੂ ਡੂ ਨੋਟ ਸੀ ਐਨੀ ਫਰਦਰ ਚੇਂਜ ਔਨ ਦਾ ਵਾਚ ਕਲੋਸ। ਅਬਜ਼ਰਵ ਕੇਰੀ ਬਲੀ ਤਾਂ ਆਪਾਂ ਕੀ ਉੱਥੇ ਕੀ ਵੇਖਾਂਗੇ, ਵੀ ਫਾਈਂਡ ਦੈਟ ਇੰਕ ਇਜ਼ ਦੀ ਮਿਕਸਚਰ ਆਫ ਡਾਈ ਇਨ ਵਾਟਰ। ਜਿਹੜੀ ਇੰਕ ਹੈ ਉਹ ਕਿਸ ਚੀਜ਼ ਦਾ ਮਿਕਸਚਰ ਹੈ ਡਾਈ ਦਾ। ਡਾਈ ਕੀ ਹੈ, ਕੰਪੋਨ ਕਲਰਡ ਕੰਪੋਨੈਂਟਸ ਨੇ। ਵੀ ਕੈਨ ਸੈਪਰੇਟ ਦਾ ਵੋਲਾਟਾਈਲ ਕੰਪੋਨੈਂਟ ਫਰੋਮ ਇਟਸ ਨੋਨ ਵੋਲਾਟਾਈਲ ਸਲੂਟ ਬਾਏ ਮੈਥਡ ਆਫ ਇਵੈਪੋਰੇਸ਼ਨ। ਇਸ ਤਰ੍ਹਾਂ ਆਪਾਂ ਕੀ ਹੈ ਇਸ ਚੀਜ਼ ਨੂੰ ਕੀ ਹੈ ਇੰਕ ਨੂੰ ਸੈਪਰੇਟ ਕਰ ਸਕਦੇ ਹਾਂ ਵਿਦ ਦੀ ਹੈਲਪ ਆਫ ਦਾ ਇਵੈਪੋਰੇਸ਼ਨ। ਨੈਕਸਟ ਮੈਥਡ ਕੀ ਹੈ, ਹਾਊ ਕੈਨ ਵੀ ਸੈਪਰੇਟ ਕਰੀਮ ਫਰੋਮ ਮਿਲਕ। ਕਰੀਮ ਨੂੰ ਆਪਾਂ ਦੁੱਧ ਤੋਂ ਮਤਲਬ ਕਿਵੇਂ ਅਲੱਗ ਕਰ ਸਕਦੇ ਹਾਂ। ਨਾਓ ਡੇਜ਼ ਵੀ ਕੈਨ ਪੁੱਲ ਕਰੀਮ ਟੋਨਡ ਐਂਡ ਡਬਲ ਟੋਨਡ ਵੈਰਾਈਟੀਜ਼ ਔਰ ਮਿਲਕ ਪੈਕਡ ਇਨ ਟੂ ਪੋਲੀ ਪੈਕ ਔਰ ਟੈਟਰਾ ਪੈਕਸ ਇਨ ਦਾ ਮਾਰਕੀਟ। ਦੀਜ਼ ਵੈਰਾਈਟੀਜ਼ ਆਫ ਮਿਲਕ ਕੰਟੇਨ ਡਿਫਰੈਂਟ ਅਮਾਊਂਟਸ ਆਫ ਫੈਟ। ਟੇਕ ਸਮ ਫੁੱਲ ਕਰੀਮ ਮਿਲਕ ਇਨ ਦਾ ਟੈਸਟ ਟਿਊਬ। ਇੱਕ ਟੈਸਟ ਟਿਊਬ ਵਿੱਚ ਕੀ ਹੈ ਫੁੱਲ ਕਰੀਮ ਮਿਲਕ ਲੈ ਲਓ। ਸੈਂਟਰੀਫਿਊਗਲ ਡਿਵਾਈਸ ਯੂਜ਼ ਸੈਂਟਰੀਫਿਊਗਲ ਮਸ਼ੀਨ ਫੋਰ 2 ਮਿੰਟ। ਉਹਨੂੰ ਸੈਂਟਰੀਫਿਊਗਲ ਕਰਨਾ ਹੈ। ਸੈਂਟਰੀਫਿਊਗਲ ਕੀ ਹੁੰਦਾ, ਜਿਵੇਂ ਆਪਾਂ ਪਹਿਲਾਂ ਹੁੰਦਾ ਸੀਗਾ ਵੀ ਇੱਕ ਗੋਲ ਮਸ਼ੀਨ ਹੁੰਦੀ ਜਿਹਦੇ ਵਿੱਚ ਫੈਟ ਲਗਾਈ ਜਾਂਦੀ ਟੈਸਟ ਟਿਊਬ ਦੇ ਵਿੱਚ ਪਾ ਕੇ, ਉਹਨੂੰ ਕੀ ਬੋਲਦੇ ਸੀਗੇ ਸੈਂਟਰੀਫਿਊਗੇਸ਼ਨ ਮਸ਼ੀਨ। ਠੀਕ ਹੈ ਜੀ, ਸੈਂਟਰੀਫਿਊਗਲ ਮਸ਼ੀਨ ਇਜ਼ ਨੋਟ ਅਵੇਲੇਬਲ ਇਨ ਦਾ ਸਕੂਲ। ਯੂ ਕੈਨ ਡੂ ਦਿਸ ਐਕਟੀਵਿਟੀ ਬਾਈ ਦਾ ਹੋਮ ਬਾਈ ਯੂਜ਼ਿੰਗ ਮਿਲਕ ਚਰਨਰ ਇਨ ਕਿਚਨ। ਇਫ ਯੂ ਹੈਵ ਮਿਲਕ ਡੇਅਰੀ ਨੀਅਰ ਵਿਦ ਇਟ ਟਾਸਕ ਹਾਊ ਦੇ ਸੈਪਰੇਟ ਕਰੀਮ ਫਰੋਮ ਮਿਲਕ। ਸਮਟਾਈਮ ਦਾ ਸੋਲਿਡ ਪਾਰਟੀਕਲਸ ਇਨ ਲਿਕੁਡ ਆਰ ਵੈਰੀ ਸਮਾਲ ਐਂਡ ਪਾਸ ਥਰੂ ਦਾ ਫਿਲਟਰ ਪੇਪਰ। ਕਈ ਵਾਰੀ ਕੀ ਹੁੰਦਾ ਹੈ ਬਹੁਤ ਛੋਟੇ ਹੁੰਦੇ ਨੇ ਸੋਲਿਡ ਪਾਰਟੀਕਲਸ ਲਿਕੁਇਡਸ ਦੇ ਵਿੱਚ, ਜੋ ਕਿ ਨੇ ਫਿਲਟਰ ਪੇਪਰ ਚੋਂ ਪਾਸ ਕਰ ਦਿੰਦੇ ਆ। ਫੋਰ ਸੱਚ ਪਾਰਟੀਕਲ ਦਾ ਫਿਲਟਰ ਫਿਲਟਰੇਸ਼ਨ ਟੈਕਨੀਕ ਕੈ ਨੋਟ ਬੀ ਯੂਜ਼ਡ। ਇਹਨਾਂ ਐਵੇਂ ਦੇ ਪਾਰਟੀਕਲਸ ਲਈ ਕਿ ਆਪਾਂ ਫਿਲਟਰੇਸ਼ਨ ਟੈਕਨੀਕ ਨੂੰ ਯੂਜ਼ ਨਹੀਂ ਕਰ ਸਕਦੇ। ਸੱਚ ਮਿਕਸਚਰ ਆਰ ਸੈਪਰੇਟ ਬਾਏ ਸੈਂਟਰੀਫਿਊਗੇਸ਼ਨ। ਐਵੇਂ ਦੇ ਮਿਕਸਚਰ ਨੂੰ ਆਪਾਂ ਕਿਵੇਂ ਮਤਲਬ ਸੈਪਰੇਟ ਕਰਾਂਗੇ, ਵਿਦ ਦੀ ਹੈਲਪ ਆਫ ਦਾ ਸੈਂਟਰੀਫਿਊਗੇਸ਼ਨ। The principle is that denser particles are forced to the bottom, the lighter particles stay at the top when spun rapidly. ਇਹਦੇ ਵਿੱਚ ਕੀ ਹੋਏਗਾ, ਜਦੋਂ ਆਪਾਂ ਸੈਂਟਰੀਫਿਊਗੇਸ਼ਨ ਮਸ਼ੀਨ ਵਿੱਚ ਉਸ ਟੈਸਟ ਟਿਊਬ ਨੂੰ ਪਾਵਾਂਗੇ ਤਾਂ ਉਹਦੇ ਵਿੱਚ ਕੀ ਹੋਣਗੇ, ਜਿਹੜੇ ਡੈਂਸਰ ਪਾਰਟੀਕਲਸ ਨੇ ਭਾਰੇ ਪਾਰਟੀਕਲ ਨੇ ਉਹ ਕਿੱਥੇ ਰਹਿਣਗੇ, ਨੀਚੇ ਵੱਲ ਰਹਿਣਗੇ, ਅਤੇ ਲਾਈਟਰ ਪਾਰਟੀਕਲ ਕੀ ਆਏਗੇ ਟੋਪ 'ਤੇ ਚਲੇ ਜਾਣਗੇ ਉੱਪਰ ਵੱਲ ਨੂੰ। ਇਸ ਤਰ੍ਹਾਂ ਆਪਾਂ ਨੂੰ ਕੀ ਹੈ ਸੈਪਰੇਟ ਕਰ ਸਕਦੇ ਹਾਂ। ਐਪਲੀਕੇਸ਼ਨਸ ਕੀ ਨੇ, ਯੂਜ ਇਨ ਡਾਇਗਨੋਸਟਿਕ ਲੈਬੋਰਟਰੀ ਫੋਰ ਬਲੱਡ ਐਂਡ ਯੂਰਾਈਨ ਟੈਸਟ। ਸੈਂਟਰੀਫਿਕੇਸ਼ਨ ਮਸ਼ੀਨਸ ਯੂਜ ਹੁੰਦੀਆਂ ਨੇ ਲੈਬੋਰਟਰੀ ਦੇ ਵਿੱਚ ਫੋਰ ਦਾ ਟੈਸਟ ਆਫ ਬਲੱਡ ਐਂਡ ਯੂਰਾਈਨ ਫੋਰ ਮੈਨੀ ਪਰਪਸ। ਯੂਜ ਇਨ ਦਾ ਡੈਰੀ ਐਂਡ ਹੋਮ ਸੈਪਰੇਟ ਵਾਟਰ ਫਰੋਮ ਕਰੀਮ। ਯੂਜ ਇਨ ਵਾਸ਼ਿੰਗ ਮਸ਼ੀਨਸ ਟੂ ਸੀਕਰਸ ਆਊਟ ਵਾਟਰ ਫਰੋਮ ਵੈਟ ਕਲੋਥ। ਠੀਕ ਹੈ ਜੀ, ਨੈਕਸਟ ਹੈ ਹਾਊ ਕੈਨ ਵੀ ਸੈਪਰੇਟ ਦੀ ਮਿਕਸਚਰ ਆਫ ਟੂ ਇਮਿਸੀਬਲ ਲਿਕੁਡ। ਇਮਿਸੀਬਲ ਲਿਕੁਡ ਕੀ ਹੁੰਦਾ, ਜੋ ਦੋ ਲਿਕੁਡ ਆਪਸ ਵਿੱਚ ਡਿਜ਼ੋਲਵ ਨਾ ਹੋਣ ਉਹਨੂੰ ਆਪਾਂ ਕੀ ਬੋਲਦੇ ਹਾਂ ਇਮਿਸੀਬਲ ਲਿਕੁਡ। ਐਕਟੀਵਿਟੀ ਕੀ ਹੈ, ਲੈਟ ਅਸ ਟ੍ਰਾਈ ਟੂ ਸੈਪਰੇਟ ਕੈਰੋਸੀਨ ਆਇਲ ਫਰੋਮ ਵਾਟਰ। ਸਪੋਜ ਆਪਾਂ ਕੈਰੋਸੀਨ ਆਇਲ ਲੈਣਾ ਹੈ, ਠੀਕ ਹੈ, ਇਹ ਆਪਾਂ ਕੈਰੋਸੀਨ ਆਇਲ ਹੈ, ਇਹ ਵਾਟਰ ਹੈ, ਸਟੋਪ ਕੋਕ ਸਪਰੇਟਿੰਗ ਫਨਲ ਹੈ, ਇਹ ਆਪਾਂ ਆਪਰੇਟਰਸ ਵੇਖ ਲਿਆ। ਅੱਗੇ ਕੀ ਹੈ, ਪੋਰ ਦਾ ਮਿਕਸਚਰ ਆਫ ਕੈਰੋਸੀਨ ਆਇਲ ਐਂਡ ਵਾਟਰ ਇਨ ਏ ਸੈਪਰੇਟਿੰਗ ਫਨਲ। ਇਹ ਵਾਲੀ ਕੀ ਇੱਕ ਸੈਪਰੇਟਿੰਗ ਫਨਲ ਹੈ, ਜਿਹਦੇ ਵਿੱਚ ਆਪਾਂ ਕੀ ਕਰਤਾ ਪੋਰ ਕਰਤਾ, ਪਾ ਦਿੱਤਾ ਮਿਕਸਚਰ ਕਿਹਦਾ ਕੈਰੋਸੀਨ ਆਇਲ ਅਤੇ ਵਾਟਰ ਦਾ।
let it stand undisturbed for some time so that separate layer of oil and water are formed. ਜੇ ਆਪਾਂ ਨੂੰ ਕੋਈ ਸਮੇਂ ਲਈ ਨਹੀਂ ਛੇੜਾਂਗੇ ਤਾਂ ਉੱਥੇ ਕੀ ਬਣ ਜਾਣਗੀਆਂ, ਦੋ ਲੇਅਰਸ ਬਣ ਗਈਆਂ, ਸੈਪਰੇਟ ਲੇਅਰਸ ਫਾਰਮ ਹੋਣਗੀਆਂ ਵਾਟਰ ਤੇ ਓਇਲ ਦੀਆਂ. ਕਲੋਜ਼ ਦਾ ਸਟਾਪ ਕੋਕ ਆਫ ਸਪਰੇਡਿੰਗ ਫਨਲ ਐਂਡ ਐਸ ਦਾ ਓਇਲ ਰੀਚ ਦਾ ਸਟਾਪ ਕੋਕ. ਠੀਕ ਹੈ ਜੀ, ਇਹਦੀ ਐਪਲੀਕੇਸ਼ਨ ਕੀ ਨੇਗੀਆਂ? ਟੂ ਸੈਪਰੇਟ ਮਿਕਸਚਰ ਆਫ ਓਇਲ ਐਂਡ ਵਾਟਰ ਇਨ ਦਾ ਐਕਸਟ੍ਰੈਕਸ਼ਨ ਆਫ ਆਇਰਨ ਫਰੋਮ ਇਟਸ ਓਰ, ਲਾਈਟਰ ਸਲੈਗ ਇਜ਼ ਰਿਮੂਵਡ ਫਰੋਮ ਦਾ ਟੌਪ ਬਾਈ ਦਿਸ ਮੈਥਡ ਟੂ ਲੀਵ ਦਾ ਮੋਲਟਨ ਆਇਰਨ ਐਟ ਦਾ ਬੋਟਮ ਫੰਕਸ਼ਨ. ਦਾ ਪ੍ਰਿੰਸੀਪਲ ਇਜ਼ ਦੈਟ ਇਮਿਸਿਬਲ ਲਿਕੁਇਡ ਸੈਪਰੇਟ ਆਊਟ ਇਨ ਲੇਅਰਸ ਡਿਪੈਂਡਿੰਗ ਔਨ ਦੇਅਰ